ਫਗਵਾੜਾ ਨਜ਼ਦੀਕ ਪਿੰਡ ਪਾਸਟਾ ਵਿਖੇ DSP ਫਗਵਾੜਾ ਜਸਪ੍ਰੀਤ ਸਿੰਘ ਵੱਲੋਂ ਸੀਨੀਅਰ ਪੁਲਿਸ ਅਫਸਰਾਂ ਦੀਆਂ ਹਦਾਇਤਾਂ ਤੇ ਫੂਡ ਸਪਲਾਈ ਵਿਭਾਗ ਦੇ ਸਹਿਯੋਗ ਨਾਲ ਪਾਸਟਾ ਵਿਖੇ ਵਿਸ਼ੇਸ਼ ਸਰਚ ਆਪਰੇਸ਼ਨ ਚਲਾਇਆ ਗਿਆ। ਇਸ ਦੌਰਾਨ 2 ਵਿਅਕਤੀਆਂ ਨੂੰ ਨਕਲੀ ਦੁੱਧ ਅਤੇ ਹੋਰ ਸਮਾਨ ਸਮੇਤ ਕਾਬੂ ਕੀਤਾ। ਹਾਂਜੀ ਸਰ, ਜਾ ਸਰ ਅੱਜ ਗੁੱਜਰ ਭਾਈਚਾਰੇ ਦੇ ਅੱਜ ਚੈਕਿੰਗ ਕੀਤੀ ਗਈ ਆ, ਕੀ ਕਰਨਾ ਸੀ? ਅੱਜ ਸਾਡਾ ਇੱਥੇ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਕਸ ਆਪਰੇਸ਼ਨ ਸੀਗਾ ਜੀ। ਲੇਕਿਨ ਅੱਜ ਗੁੱਜਰਾਂ ਦੇ ਕੋਲੋਂ ਜਿਹੜਾ ਸੀ ਉਹ ਸਾਡੀ ਜੋ ਵੀ ਸਮਾਨ ਪੜਿਆ ਉਹ ਸਾਡੇ ਅਧਿਕਾਰ ਖੇਤਰ ਤੋਂ ਬਾਹਰ ਆ। ਲੇਕਿਨ ਅਸੀਂ ਸੰਬੰਧਿਤ ਜਿਹੜੇ ਆ ਆਫਿਸਰ ਆ ਫੂਡ ਸਪਲਾਈ ਜਿਹੜੇ ਇੰਸਪੈਕਟਰ ਹੈਗੇ ਉਹਨਾਂ ਨੂੰ ਬੁਲਾਇਆ ਗਿਆ, ਉਹ ਜੋ ਵੀ ਜਿੱਦਾਂ ਵੀ ਉਹ ਕਾਰਵਾਈ ਕਰਵਾਉਣਗੇ ਆਪਾਂ ਉਹਦਾ ਕਰਾਂਗੇ। ਸਰ ਇਹਨਾਂ ਕੋਲ ਕਿਹੜੀ ਕਿਹੜੀ ਚੀਜ਼ ਬਰਾਮਦ ਹੋਈ ਹੈ? ਇਹਨਾਂ ਕੋਲ ਜਿਵੇਂ ਡਰਾਈ ਮਿਲਕ ਹੈ ਜੀ, ਔਰ ਨਾਲ ਉਹਦੇ ਵਿੱਚ ਹੈਗਾ ਘਿਓ ਆ, ਦੇਸੀ ਨਕਲੀ ਘਿਓ ਜਿਹਨੂੰ ਕਹਿ ਦਿੰਦੇ ਰਿਫਾਈਂਡ ਆ ਜੀ ਜੀ ਜੀ। ਔਰ ਨਾਲ ਹੀ ਇਹਨਾਂ ਨੇ ਮਿਕਸ ਕੀਤਾ ਜਿਹੜਾ ਨਾ ਦੁੱਧ ਹੈਗਾ ਜੀ, ਮਿਲਟ ਕੀਤਾ ਦੁੱਧ ਕਹਿ ਸਕਦੇ ਆ ਜੀ। ਅਤੇ ਹੁਣ ਕਿਹੜੀ ਕਿਹੜੀ ਚੀਜ਼ ਆਪਾਂ ਕਾਗਜ਼ 'ਚ ਲਈ ਆ ਜੀ? ਅਸੀਂ ਸੁੱਕਾ ਦੁੱਧ ਵੀ ਲੈ ਲਿਆ ਜੀ ਜੀ, ਅਤੇ ਡਰਾਈ ਜਿਹੜਾ ਹੈਗਾ ਦੂਸਰਾ ਆਪਣਾ ਲੈ ਲਿਆ ਜੀ, ਰਿਫਾਈਂਡ ਵੀ ਲੈ ਲਿਆ ਜੀ, ਅਤੇ ਜਿਹੜਾ ਜਿਹੜਾ ਇਹਨਾਂ ਨੇ ਮਿਲਟ ਕੀਤਾ ਦੁੱਧ ਆ ਉਹ ਵੀ ਲੈ ਲਿਆ ਜੀ। ਅਤੇ ਹੋਰ ਕੋਈ ਇਹਨਾਂ ਦੀ ਕੋਈ ਗੱਡੀ ਮੋਟਰ ਜਾਂ ਕੋਈ ਬੰਦੇ ਅਰੈਸਟ ਕੀਤਾ ਜੀ? ਅਸੀਂ ਬੰਦੇ ਦੋ ਜਿਹੜੇ ਅਨਨੋਨ ਬੰਦੇ ਇਹਨਾਂ ਦੇ, ਇਸ ਲਈ ਉਹਨਾਂ ਨੇ ਕੋਈ ਸਾਨੂੰ ਪਰੂਫ ਨਹੀਂ ਦਿੱਤਾ ਇਹਨਾਂ ਦੇ ਘਰੋਂ ਦੇ, ਜਿਹੜੇ 2 ਬੰਦੇ ਲਏ ਸੀ ਜੀ, ਉਹ ਬੰਦੇ ਨਾਲ ਹੀ ਲੈ ਲਿਆ, ਵੈਰੀਫਾਈ ਕਰਦੇ ਕੌਣ ਆ, ਔਰ ਇੱਕ ਹੀ ਇਹਨਾਂ ਦੀ ਗੱਡੀ ਲੈ ਕੇ ਚੱਲੇ ਆ। ਠੀਕ ਹੈ ਸਰ, ਬਾਕੀ ਹੋਰ ਜਿੱਦਾਂ ਕੋਈ ਗੁੱਜਰ ਭਾਈਚਾਰਾ ਆ ਜਾਂ ਕੋਈ ਹੋਰ ਮਠਿਆਈ ਵਾਲੀ ਦੁਕਾਨ ਆ, ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ? ਉਹਨਾਂ ਨੂੰ ਇਹ ਅਪੀਲ ਕਰਾਂਗੇ ਵੀ ਜੋ ਵੀ ਤੁਸੀਂ ਸਮਾਨ ਵੇਚਣਾ ਸ਼ੁੱਧ ਸਮਾਨ ਵੇਚੋ ਜੀ, ਮਿਕਸ ਕਰਕੇ ਨਾ ਵੇਚੋ, ਕਿਸੇ ਦੀ ਵੀ ਇਸ ਮਾਮਲੇ 'ਚ ਕੋਈ ਹੈ ਨਹੀਂ ਗੀ, ਕੋਈ ਅਪੀਲ ਦਲੀਲ ਨਹੀਂ ਹੋਏਗੀ ਜੀ, ਬਿਲਕੁਲ ਸ਼ੁੱਧ ਸਮਾਨ ਵੇਚੋਗੇ ਤਾਂ ਵਧੀਆ ਰਹੋਗੇ। ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ ਚੈਨਲ ਪੰਜਾਬੀ ਸਟੇਸ਼ਨ ਨੂੰ ਵੱਖ ਵੱਖ ਸ਼ਹਿਰਾਂ ਅਤੇ ਕਸਬਿਆਂ ਤੋਂ ਪੱਤਰਕਾਰਾਂ ਦੀ ਤੁਰੰਤ ਲੋੜ ਹੈ, ਸੰਪਰਕ ਕਰੋ। ਫਗਵਾੜਾ ਨਜ਼ਦੀਕ ਪਿੰਡ ਪਾਸਟਾ ਵਿਖੇ DSP ਫਗਵਾੜਾ ਜਸਪ੍ਰੀਤ ਸਿੰਘ ਵੱਲੋਂ ਸੀਨੀਅਰ ਪੁਲਿਸ ਅਫਸਰਾਂ ਦੀਆਂ ਹਦਾਇਤਾਂ ਤੇ ਫੂਡ ਸਪਲਾਈ ਵਿਭਾਗ ਦੇ ਸਹਿਯੋਗ ਨਾਲ ਪਾਸਟਾ ਵਿਖੇ ਵਿਸ਼ੇਸ਼ ਸਰਚ ਆਪਰੇਸ਼ਨ ਚਲਾਇਆ ਗਿਆ। ਇਸ ਦੌਰਾਨ 2 ਵਿਅਕਤੀਆਂ ਨੂੰ ਨਕਲੀ ਦੁੱਧ ਅਤੇ ਹੋਰ ਸਮਾਨ ਸਮੇਤ ਕਾਬੂ ਕੀਤਾ। ਹਾਂਜੀ ਸਰ, ਜਾ ਸਰ ਅੱਜ ਗੁੱਜਰ ਭਾਈਚਾਰੇ ਦੇ ਅੱਜ ਚੈਕਿੰਗ ਕੀਤੀ ਗਈ ਆ, ਕੀ ਕਰਨਾ ਸੀ? ਅੱਜ ਸਾਡਾ ਇੱਥੇ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਕਸ ਆਪਰੇਸ਼ਨ ਸੀਗਾ ਜੀ। ਲੇਕਿਨ ਅੱਜ ਗੁੱਜਰਾਂ ਦੇ ਕੋਲੋਂ ਜਿਹੜਾ ਸੀ ਉਹ ਸਾਡੀ ਜੋ ਵੀ ਸਮਾਨ ਪੜਿਆ ਉਹ ਸਾਡੇ ਅਧਿਕਾਰ ਖੇਤਰ ਤੋਂ ਬਾਹਰ ਆ। ਲੇਕਿਨ ਅਸੀਂ ਸੰਬੰਧਿਤ ਜਿਹੜੇ ਆ ਆਫਿਸਰ ਆ ਫੂਡ ਸਪਲਾਈ ਜਿਹੜੇ ਇੰਸਪੈਕਟਰ ਹੈਗੇ ਉਹਨਾਂ ਨੂੰ ਬੁਲਾਇਆ ਗਿਆ, ਉਹ ਜੋ ਵੀ ਜਿੱਦਾਂ ਵੀ ਉਹ ਕਾਰਵਾਈ ਕਰਵਾਉਣਗੇ ਆਪਾਂ ਉਹਦਾ ਕਰਾਂਗੇ। ਸਰ ਇਹਨਾਂ ਕੋਲ ਕਿਹੜੀ ਕਿਹੜੀ ਚੀਜ਼ ਬਰਾਮਦ ਹੋਈ ਹੈ? ਇਹਨਾਂ ਕੋਲ ਜਿਵੇਂ ਡਰਾਈ ਮਿਲਕ ਹੈ ਜੀ, ਔਰ ਨਾਲ ਉਹਦੇ ਵਿੱਚ ਹੈਗਾ ਘਿਓ ਆ, ਦੇਸੀ ਨਕਲੀ ਘਿਓ ਜਿਹਨੂੰ ਕਹਿ ਦਿੰਦੇ ਰਿਫਾਈਂਡ ਆ ਜੀ ਜੀ ਜੀ। ਔਰ ਨਾਲ ਹੀ ਇਹਨਾਂ ਨੇ ਮਿਕਸ ਕੀਤਾ ਜਿਹੜਾ ਨਾ ਦੁੱਧ ਹੈਗਾ ਜੀ, ਮਿਲਟ ਕੀਤਾ ਦੁੱਧ ਕਹਿ ਸਕਦੇ ਆ ਜੀ। ਅਤੇ ਹੁਣ ਕਿਹੜੀ ਕਿਹੜੀ ਚੀਜ਼ ਆਪਾਂ ਕਾਗਜ਼ 'ਚ ਲਈ ਆ ਜੀ? ਅਸੀਂ ਸੁੱਕਾ ਦੁੱਧ ਵੀ ਲੈ ਲਿਆ ਜੀ ਜੀ, ਅਤੇ ਡਰਾਈ ਜਿਹੜਾ ਹੈਗਾ ਦੂਸਰਾ ਆਪਣਾ ਲੈ ਲਿਆ ਜੀ, ਰਿਫਾਈਂਡ ਵੀ ਲੈ ਲਿਆ ਜੀ, ਅਤੇ ਜਿਹੜਾ ਜਿਹੜਾ ਇਹਨਾਂ ਨੇ ਮਿਲਟ ਕੀਤਾ ਦੁੱਧ ਆ ਉਹ ਵੀ ਲੈ ਲਿਆ ਜੀ। ਅਤੇ ਹੋਰ ਕੋਈ ਇਹਨਾਂ ਦੀ ਕੋਈ ਗੱਡੀ ਮੋਟਰ ਜਾਂ ਕੋਈ ਬੰਦੇ ਅਰੈਸਟ ਕੀਤਾ ਜੀ? ਅਸੀਂ ਬੰਦੇ ਦੋ ਜਿਹੜੇ ਅਨਨੋਨ ਬੰਦੇ ਇਹਨਾਂ ਦੇ, ਇਸ ਲਈ ਉਹਨਾਂ ਨੇ ਕੋਈ ਸਾਨੂੰ ਪਰੂਫ ਨਹੀਂ ਦਿੱਤਾ ਇਹਨਾਂ ਦੇ ਘਰੋਂ ਦੇ, ਜਿਹੜੇ 2 ਬੰਦੇ ਲਏ ਸੀ ਜੀ, ਉਹ ਬੰਦੇ ਨਾਲ ਹੀ ਲੈ ਲਿਆ, ਵੈਰੀਫਾਈ ਕਰਦੇ ਕੌਣ ਆ, ਔਰ ਇੱਕ ਹੀ ਇਹਨਾਂ ਦੀ ਗੱਡੀ ਲੈ ਕੇ ਚੱਲੇ ਆ। ਠੀਕ ਹੈ ਸਰ, ਬਾਕੀ ਹੋਰ ਜਿੱਦਾਂ ਕੋਈ ਗੁੱਜਰ ਭਾਈਚਾਰਾ ਆ ਜਾਂ ਕੋਈ ਹੋਰ ਮਠਿਆਈ ਵਾਲੀ ਦੁਕਾਨ ਆ, ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ? ਉਹਨਾਂ ਨੂੰ ਇਹ ਅਪੀਲ ਕਰਾਂਗੇ ਵੀ ਜੋ ਵੀ ਤੁਸੀਂ ਸਮਾਨ ਵੇਚਣਾ ਸ਼ੁੱਧ ਸਮਾਨ ਵੇਚੋ ਜੀ, ਮਿਕਸ ਕਰਕੇ ਨਾ ਵੇਚੋ, ਕਿਸੇ ਦੀ ਵੀ ਇਸ ਮਾਮਲੇ 'ਚ ਕੋਈ ਹੈ ਨਹੀਂ ਗੀ, ਕੋਈ ਅਪੀਲ ਦਲੀਲ ਨਹੀਂ ਹੋਏਗੀ ਜੀ, ਬਿਲਕੁਲ ਸ਼ੁੱਧ ਸਮਾਨ ਵੇਚੋਗੇ ਤਾਂ ਵਧੀਆ ਰਹੋਗੇ। ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ ਚੈਨਲ ਪੰਜਾਬੀ ਸਟੇਸ਼ਨ ਨੂੰ ਵੱਖ ਵੱਖ ਸ਼ਹਿਰਾਂ ਅਤੇ ਕਸਬਿਆਂ ਤੋਂ ਪੱਤਰਕਾਰਾਂ ਦੀ ਤੁਰੰਤ ਲੋੜ ਹੈ, ਸੰਪਰਕ ਕਰੋ।